बिस्मिल्लाहिर्रहमानिर्रहीम। अस्सलाम वालेकुम प्यारे व्यूअर्स, कैसे हो? उम्मीद कर दी हैं कि खैरियत नाल होवोगे। अलहमदुलिल्लाह अस भी खैरियत नाल हां। वीडियो शुरू करने तो पहले छोटी जी रिक्वेस्ट है कि अगर तुम साडे चैनल पर नए हो साडे चैनल में जरूर सब्सक्राइब करना, बैल दे बटन प्रेस कर ले ताकि साडी हर आने वाली नई वीडियो दी नोटिफिकेशन बरवक्त पहुंची रहे। अज साबत ही पट्ठे सिटे है मालगड़ी, हां अज साबत ही सिटे है। मोटर खराब हो गई और मैकेनिक नु बुलाया है। मोटर खराब हो गई? हां मोटर खराब हो गई। और तो ओ इनु के होया पता नहीं, इनु सुना नहीं पड़ा। ओ हां दा फिर वेंदा ना की है ना। नहीं तो उदन है जे नवी लंदी सी ते नवी लंदी हो गया ना, मसला बन गया। तो इतना मसला बन गया। पहले वाली जी पहले वाली ना, और आज प्लेट से टूट गई थी, तो हो गया थी कर गई। अच्छा तने का अभी एक से पता है। तो ये दूसरा कर ले, इसकी वारंटी कौन है? पर्ची में लग दी थी यार, रखने में तेरा पता नहीं। ये रखो सारे की बस कढ़िया। हां और ये की भाई यार कल दिहाड़ी तुम कड़नी पैनी जिम्मे इस्लामाबाद कर लो गुजारा जिम्मे कल दिहाड़ी तुम परसों 8 बजे मौसम लगा पैसे। ये जड़ी ए दो सैट इधरों बचे हुए आ उतले दो खराब ने, आ दो सैट बचे हुए जिनी तार पै गई खर्चा बाकी स्लीप तो वारनिश पेपर का किदा हो जाता है। नहीं दो सैट ठीक है, आ दो सैट इधरले ठीक ने, 8 सैट ने टोटल, बाकी से 6 पैने पाने, 6 सड़ गए बिल्कुल। क्यों सड़े की वजह है? ये मेरे कागज में दत्था ज्यादा लग गया है। मोटर तो काड़िया नहीं, चलता चलता धुआं मार गया। मोटर छोटी हो तुसी तोल के हिसाब ला लेना सी किन्ने किलो होई सी, मैं 5 किलो का फर्क होना। कोई मसला नहीं भाई, हो जाएगी जिवें तुसी आखो। कोशिश करांगे जे बल्ब ला के सुक गई ते ले आवांगा, नहीं ते इवें तुहानू मैं कह जावां हां ठीक है सवेरे आ जाएगी, झूठी गल है। नहीं ते सवेरे अगले परसों 8 बजे लगेगी। परसों हुण इवें तुहानू मैं आखां मैं लै भी जावां ते हुण मैं राती नूं 10-11 बज जाणे ने, मिला राती मिला दे मसले सारे लगे गलियां अंदर बाहर ਲੈ ਹੁਣ ਜਾਣਾ। ਹਾਂ ਹਾਂ ਸਵੇਰੇ ਉੱਠ ਕੇ ਜਿਹੜਾ ਮੈਂ ਇੱਧਰ ਹੋਣਾ ਉੱਥੇ ਖੋਲ ਲਾਂਗਾ, ਖੋਲ ਕੇ ਜਿਹੜਾ ਸਮਾਨ ਲਿਆਉਣਾ ਉਹ ਲਿਆ ਕੇ ਫਿਟ ਕਰ ਦੇਣਾ। ਸਹੀ ਰਾਤੀ ਦੇ ਵਿੱਚ 100 ਵਾਟ ਦਾ ਬਲਬ ਲਾ ਦੇਾਂਗੇ ਜਾਈ ਸੁੱਕ। ਸਵੇਰੇ ਸਵੇਰੇ ਆ ਕੇ ਲਾ ਜਾਣਾ ਬਲਬ, ਲਾਏ ਤੋਂ ਬਗੈਰ ਸੁੱਕਣੀ ਨਹੀਂ ਵਾਰਨਿਸ਼, ਤੋਂ ਜੋ ਮਰਜ਼ੀ ਕਰ ਲਓ। ਬਾਰਿਸ਼ ਧੁੱਪ ਲੱਗੇ ਸਹੀ ਤੇ ਫਿਰ ਸੁੱਕਦੀ ਹੈ। ਅੱਛਾ
ਬਲਬ ਲਾ ਕੇ ਸਕੂਨ ਕਰਨੀ ਹੈ, ਵਾਰਨਿਸ਼ ਨਹੀਂ ਸਕੂਨ ਮੈਨੂੰ ਵਿੱਚ ਕੀ ਲੱਗਦਾ ਹੈ ਨਾ। ਹਾਂਜੀ ਵਿੱਚ ਕੀ ਇਹਦੇ ਵਿੱਚ ਬਲਬ ਲਾ ਦਿਆਂਗਾ ਨਾ 100 ਵਾਟ ਦਾ ਇਹ ਐਲਈਡੀ ਨਹੀਂ ਜੀ। ਇਹ ਤਾਂ ਫਿਰ ਖੋਲ ਕੇ ਆ ਵਾਇਰ ਪੁੱਟਣੀ ਪੈਣੀ ਨਾ, ਪਹਿਲੇ ਪੁੱਟ ਕੇ ਪੇਪਰ ਲਾ ਕੇ ਫਿਰ ਤਾਰ ਵੈਂਡ ਕਰਾਂਗਾ, ਵੈਂਡ ਜਿਹੜੀ ਕਰਨਾ ਉਹ ਕਰਕੇ ਦੁਬਾਰਾ ਵਾਇਰ ਆਪ ਕਰਾਂਗਾ। ਕਿੰਨੀ ਦੇਰ ਚੱਲੀ ਸੀ ਕੀ ਉਹਨੂੰ ਤੇ ਮਸਲਾ ਸੈੱਟ ਕਰ ਗਿਆ ਸੀ, ਕਦੋਂ ਖਰਾਬ ਹੋਈ ਸੀ? ਉਹਨੇ 6 ਮਹੀਨੇ ਕੱਢੇ ਹਨ। ਨਹੀਂ ਇਨਸ਼ਾਅੱਲਾ 6 ਮਹੀਨਿਆਂ ਬਾਅਦ 5000 ਰੁਪਇਆ ਮੋਟਰ ਤੇ ਲਾਣਾ ਪੈ ਜਾ ਕਿਉਂਕਿ ਬੰਦੇ ਦਾ ਸਾਰ ਨਹੀਂ ਗਿਆ ਜ਼ਿੰਦਗੀ ਚ, ਫਿਰ ਵਾਅਦੇ ਘਾਟੇ ਤੇ ਹੁੰਦੇ ਰਹਿੰਦੇ ਨੇ। ਹਾਂ ਜ਼ਿੰਦਗੀ ਚ ਵਾਅਦੇ ਘਾਟੇ ਨੂੰ ਲੈ ਜਾ ਖੋਲ ਕੇ ਠੀਕ ਹੈ। ਹਾਂ ਠੀਕ ਹੈ, ਇਹਨੂੰ ਸਦਾ ਨਾਲ ਜਿਹੜੀ ਹੈ ਨਾ ਬੈਂਡ ਕਰੀ ਆ ਠੀਕ। ਮਾਲ ਦੇ ਪੱਕੇ ਨਹੀਂ ਲੱਗਦੇ, ਪੱਕਦੇ ਨਹੀਂ ਹੈਗੇ ਨਾ। ਮਾਲ ਦੂਸਰੇ ਬੂਟੇ ਜਿਹੜੇ ਹੈਗੇ ਨਾ ਉਹਨਾਂ ਦੇ ਮਾਲ ਤੇ ਮਾਈ ਥੋੜ੍ਹੇ ਥੋੜ੍ਹੇ ਪੀਲੇ ਹੋ ਗਏ ਹਨ। ਇਹਨੂੰ ਬੂਟੇ ਨੂੰ ਪਈਏ ਰੱਖੀ, ਇਸ ਖਜੂਰ ਨੂੰ ਕੱਟ ਦਾਂਗੇ, ਉਹ ਦੇਖ ਪਰੇ ਵਾਲੀ ਕਿੰਨੀ ਸੋਹਣੀ ਹੋ ਗਈ ਆ, ਨਾਲ ਪੈ ਗਏ ਰੱਖੀ ਨੀਚੋਂ ਸਾਰੀ ਕੱਟ ਕੇ ਨਾ। ਛਾਣ ਲਈ ਆਜੋ ਬੇਟਾ ਆਜੋ, ਬਾਲਣ ਸੋਹਣੇ ਆ ਜਿਹੜਾ ਨਾ ਇੱਥੋਂ ਉਦੋਂ ਜਿਹੜਾ ਕੱਟ ਕੇ ਲਿਆਉਂਦਾ ਸੀ ਨਾ ਰੋਜ਼ ਮੈਂ ਥੋੜ੍ਹੀਆਂ ਜਿਹੀ ਟਹਿਣੀਆਂ ਚੱਕ ਕੇ ਨਾ ਅਤੇ ਇੱਧਰ ਫੋਲ ਦੀ ਨਹੀਂ ਫਿਰ ਸੁੱਕ ਜਾਂਦੀਆਂ, ਇਸ ਟਾਈਮ ਲੈ ਜਾਈਦੀਆਂ ਸ਼ਾਮ ਟਾਈਮ। ਅੱਜ ਇੱਥੇ ਹਲਵਾਨ ਆਇਆ ਨਾ ਗੱਡੀ ਵਾਲਾ ਅਤੇ ਉਹਨੇ ਉੱਤਰ ਕੇ ਅਤੇ ਆ ਚੁੱਕ ਕੇ ਇੱਧਰ ਸਿੱਟ ਦਿੱਤਾ, ਇੱਥੇ ਭਾਈ ਅਸਲਮ ਹੋਣਾ ਨੇ ਹਾਲ ਲਗਾਉਣਾ ਸੀ ਨਾ ਭਾਈ, ਰੱਸੀ ਲੈ ਕੇ ਆਇਆ ਰੱਸੀ ਲੈ ਕੇ ਆਇਆ, ਆ ਜਾ ਆ ਜਾ ਕੰਮ ਹੋ ਜਾਣੀ ਫਿਰ ਦੌੜਿਆ ਦੌੜਿਆ ਮੰਮਾ ਜੀ ਤੁਸੀਂ ਤੇ ਬਾਲਿਆਂ ਚੁੱਕਣ ਆਏ ਆ ਤੇ ਆ ਦੇਖੋ ਮਿੱਟੀ ਦੇ ਲੱਡੂ ਬਣਾਈ ਜਾਂਦੇ ਨਾ ਪਤਾ ਕੱਪੜੇ ਪਾਏ ਸੀ ਥੋੜਾ ਕੱਪੜੇ ਗੰਦੇ ਨਹੀਂ ਕਰਨੇ ਸ਼ਿਟ ਕਰਨੇ ਰਾਤ ਮਿੱਟੀ ਨਾਲ ਨਿਬੜ ਜਾਂਦੇ ਇਹਦੇ ਹਨ ਮੇਰੇ ਕੱਪੜੇ ਦੋਨੋਂ ਕੱਪੜੇ ਕੀ ਆ ਹੁਣ ਤਾਂ ਆ ਗਿਆ ਨਹੀਂ ਮਿੱਟੀ ਨਾਲ ਕਰਨੇ ਚੱਲੇ ਕਰ ਤਾਂ ਮਿੱਟੀ ਨਾਲ ਚੱਲ ਇੱਥੇ ਰੱਖ ਦੇ ਹੁਣ ਕੋਈ ਨਹੀਂ ਤੋੜ ਦੋ ਆਪ ਹੀ ਰੱਖ ਕੇ ਆਪ ਹੀ ਤੋੜ ਜਾਂਦਾ ਸਾਰਾ ਚੱਕ ਉੱਤੋਂ ਨਹੀਂ ਕਰਕੇ ਦਰਮਿਆਨ ਚ ਕਰਕੇ ਫਿਰ ਮੈਂ ਫੋਲ ਕੇ ਗਈ ਸੀ ਸੁੱਕਾ ਪਿਆ ਫਿਰ ਪਾਪਾ ਕਹਿੰਦੇ ਸੀ ਗੈਸ ਭਰਾ ਲਿਆ ਮੈਂ ਹੁਣ ਬਾਲਣ ਬਥੇਰੇ ਜਮ੍ਹਾਂ ਹੋ ਗਿਆ ਨਾਲੇ ਫਿਰ ਸਰਦੀਆਂ ਦੇ ਵਿੱਚ ਵੀ ਲੱਭਣਾ ਕੋਈ ਨਹੀਂ ਫੜਾ ਦੇ